ਭਾਈ ਆ ਉਹਦਾ ਬਹੁਤ ਵੱਡਾ ਦਬਾਅ ਵੀ ਆ ਉਹਦੇ ਨਾਲ ਦੇ ਨਾਲ ਇੱਕ ਵੀ ਭੱਜਦੇ ਆ ਫਿਰ ਸੱਦਦੇ ਆ ਫਿਰ ਭੱਜਦੇ ਆ ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਆ ਕਿਉਂਕਿ ਅਸੀਂ ਲਗਾਤਾਰ ਜਿਹੜੇ ਆ ਸਾਡਾ ਜਿਹੜਾ ਸੰਗਠਨ ਆ ਉਹ ਦਿਨੋ ਦਿਨ ਮਜ਼ਬੂਤ ਹੋ ਰਿਹਾ ਪੰਜਾਬ ਨਾਲ ਜੁੜੀ ਮੁਲਾਜ਼ਮ ਸੰਘਰਸ਼ ਜਿਹੜੀ ਆ ਕਮੇਟੀ ਆ ਇਹਦੇ ਅੰਦਰ ਤਕਰੀਬਨ ਐ ਵੇਲੇ ਪੂਰੇ ਪੰਜਾਬ ਦੇ ਜਿਹੜੇ ਨੇ ਘੋੜਾਣੇ ਚ ਲੱਗੇ ਲੋਕ ਹੀ ਜਿਹੜੇ ਸਾਥੀ ਉਹ ਸਾਰੇ ਰਲ ਕੇ ਚੱਲ ਰਹੇ ਆ ਔਰ ਇਹ ਬਹੁਤ ਵੱਡੀ ਜਿਹੜੀ ਆ ਮੁਲਾਜ਼ਮ ਲਹਿਰ ਬਣ ਗਈ ਆ ਇਹ ਲਗਭਗ ਮੈਂ ਇਹਨੂੰ ਕਿਸਾਨੀ ਅੰਦੋਲਨ ਜੋੜ ਕੇ ਵੇਖਣਾ ਕਿ ਜਿਸ ਤਰ੍ਹਾਂ ਵੱਖ ਵੱਖ ਜਥੇਬੰਦੀਆਂ ਇਕੱਠੇ ਹੋ ਕੇ ਜਿਸ ਤਰ੍ਹਾਂ ਉਹਨਾਂ ਨੇ ਮੋਦੀ ਦੀਆਂ ਨਾਲ ਇਹ ਕੰਮ ਕੀਤਾ ਸੀ ਇਹੋ ਹੀ ਹਾਲਾਤ ਜਿਹੜੇ ਆ ਹੋਲੇ ਪੰਜਾਬ ਸਰਕਾਰ ਦੇ ਬਣੇ ਆ ਸਿਰਫ ਇੱਕ ਅੜੀਅਲ ਵਤੀਆ ਵਾ ਉਹਨਾਂ ਦਾ ਅੱਜ ਤੁਸੀਂ ਅਖਬਾਰਾਂ ਚ ਦੇਖਿਆ ਹੋਣਾ ਕਿ ਕੈਪਟਨ ਨੇ ਵੀ ਉਹਨਾਂ ਨੂੰ ਘੁਰਕੀ ਮਾਰੀ ਆ ਕੇ ਕਿਹੜਾ ਛੇਤੀ ਛੇਤੀ ਮਸਲੇ ਹੱਲ ਕੀਤੇ ਜਾਣ ਸਾਥੀਓ ਮੈਂ ਗੱਲ ਕਰੂੰਗਾ ਅਗਲੇ ਵੱਡੇ ਦੋ ਮਸਲੇ ਆ ਕਿਉਂਕਿ ਹਰ ਕਿਸੇ ਨੂੰ ਆਪੋ ਆਪਣਾ ਦਰਜੀ ਦੇਖਣਾ ਹੁੰਦਾ ਮੈਂ ਹੁਣ ਸਭ ਤੋਂ ਵੱਡਾ ਜਿਹੜਾ ਸਾਡਾ ਕੱਚੇ ਕਾਮਿਆਂ ਦਾ ਵਾ ਉਹ ਪੱਕੇ ਹੋਣ ਦਾ ਮਸਲਾ ਇੱਕ ਨੰਬਰ ਤੇ ਮੰਨਦਾ ਔਰ ਜਿਹੜੀ ਪੁਰਾਣੀ ਪੈਨਸ਼ਨ ਦੀ ਬਹਾਲੀ ਆ ਇਹਨੂੰ ਦੂਸਰੇ ਨੰਬਰ ਤੇ ਮੰਨਦਾ ਕਿਉਂਕਿ ਜਿਉਂ ਜਿਉਂ ਸਾਨੂੰ ਆਇਆ ਤਨਖਾਹਾਂ ਦਾ ਨਸ਼ਾ ਜਿਹੜਾ ਲੱਥਣ ਡਿਆ ਵਾ ਸਾਨੂੰ ਜਿਹੜਾ ਸਾਡਾ ਭਵਿੱਖ ਬੜਾ ਧੁੰਦਲਾ ਲੱਗਣ ਡਿਆ ਸਾਥੀ ਜੀ ਵਾਕਿਆ ਹੀ ਆ ਸਾਡੇ ਬੈਠੇ ਆ ਜਿਹੜੇ ਪੁਰਾਣੇ ਸਾਥੀ ਜਿਹੜੇ ਰਿਟਾਇਰ ਹੀ ਆ ਕਿੰਨਾ ਜਲਾਲ ਆ ਇਹਨਾਂ ਦੇ ਚਿਹਰਿਆਂ ਦੇ ਇਹ ਜਲਾਲ ਜਿਹੜਾ ਸਿਰਫ ਮਾਇਆ ਕਰਕੇ ਹੀ ਆ ਕਿਉਂਕਿ ਜਿਉਂ ਜਿਉਂ ਸਮਾਂ ਨਿਕਲਣਾ ਜੋ ਸਾਨੂੰ ਦੇਖਣ ਡਿਆ ਵੀ ਸਾਡੇ ਬੱਲੇ ਕੱਖ ਨਹੀਂ ਪੈਣਾ ਸਾਥੀ ਜੀ ਇਸ ਕਰਕੇ ਆਉਣ ਵਾਲੇ ਸਮੇਂ ਜਿਹੜੀ ਆ ਜਦੋਂ ਸਾਡੇ ਪੁਰਾਣੇ ਸਾਥੀ ਜਿਹੜੇ ਬੇਰੁਜ਼ਗਾਰ ਪੱਕੇ ਹੁੰਦੇ ਆ ਤੇ ਜਿਹੜੀ ਪੁਰਾਣੀ ਪੈਨਸ਼ਨ ਦੀ ਮੰਗ ਜਿਹੜੀ ਇੱਕ ਨੰਬਰ ਦੀ ਮੰਗ ਬਣਨੀ ਆ ਇਹਦੇ ਸੰਬੰਧ 'ਚ ਅਸੀਂ 23 ਤਰੀਕ ਨੂੰ ਸਾਰੇ ਬਲਾਕ ਲੈਵਲ ਤੇ PFRDA ਦੀਆਂ ਕਾਪੀਆਂ ਫੂਕਣ ਲੱਗੇ ਆ ਉਸ ਤੋਂ ਬਾਅਦ 29 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਨਾਂ ਦੇ ਝੰਡੇ ਥੱਲੇ ਬਹੁਤ ਇੱਕ ਵੱਡੀ ਪੰਜਾਬ ਪੱਧਰੀ ਰੈਲੀ ਕਰ ਜਾ ਰਹੇ ਹਾਂ ਅਸੀਂ ਆਪਣੇ ਦੋਵਾਂ ਫਰੰਟਾਂ ਨਾਲ ਲੜਾਈ ਰਹੇ ਹਾਂ ਇੱਧਰ ਪੰਜਾਬ ਨਾਲ ਜੁੜੀ ਦਾ ਵੀ ਪੂਰਾ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਸਾਡੀ ਡਿਊਟੀ ਲੱਗਦੇ ਜਿੰਨੇ ਬੰਦੇ ਕਹਿਣਗੇ ਉਹਨੇ ਲੈ ਕੇ ਜਾਵਾਂਗੇ ਉਹਦੇ ਨਾਲ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਦੀ ਆ ਉਹ ਵੀ ਲੜਾਈ ਅਸੀਂ ਡੱਟ ਕੇ ਲੜ ਰਹੇ ਹਾਂ ਜੈ ਜਨਤਾ ਜੈ ਸ਼ਗਰਜ ਜਿੱਤ ਲੜਦੇ ਲੋਕਾਂ ਦੀ